ਜਿੱਥੇ ਪੰਜਾਬ ਵਿੱਚ ਰੇਤ ਬਜਰੀ ਦੀ ਮਾਈਨਿੰਗ ਤੇ ਪਾਬੰਦੀ ਸਰਕਾਰ ਦੁਆਰਾ ਲਗਾਈ ਗਈ ਹੈ, ਜਿਸ ਦੇ ਕਾਰਨ ਰੇਤ ਬਜਰੀ ਦੇ ਰੇਟ ਵੀ ਬਹੁਤ ਜ਼ਿਆਦਾ ਹਨ। ਇਸ ਦਾ ਫਾਇਦਾ ਹਿਮਾਚਲ ਵਾਲੇ ਲੈ ਰਹੇ ਹਨ, ਕਿਉਂਕਿ ਹਿਮਾਚਲ ਤੋਂ ਪੰਜਾਬ ਵਿੱਚ ਦਾਖਲ ਹੋ ਰਹੇ ਰੇਤ ਬਜਰੀ ਦੇ ਭਰੇ ਟਰੱਕਾਂ ਦੀ ਚੈਕਿੰਗ ਪਠਾਨਕੋਟ ਜਲੰਧਰ ਨੈਸ਼ਨਲ ਹਾਈਵੇ ਤੇ ਮਾਈਨਿੰਗ ਵਿਭਾਗ ਦੁਆਰਾ ਲਗਾਏ ਗਏ ਨਾਕੇ ਤੇ ਕੀਤੀ ਜਾਂਦੀ ਹੈ, ਪਰ ਰਾਤ ਦੇ ਹਨੇਰੇ ਵਿੱਚ ਮਾਈਨਿੰਗ ਵਿਭਾਗ ਦੇ ਨਾਕੇ ਦੀ ਪਰਵਾਹ ਕੀਤੇ ਬਿਨਾਂ ਹਿਮਾਚਲ ਤੋਂ ਗੱਡੀਆਂ ਆ ਕੇ ਪੰਜਾਬ ਵਿੱਚ ਧੜੱਲੇ ਨਾਲ ਦਾਖਲ ਹੋ ਰਹੀਆਂ ਹਨ। ਇਸ ਦਾ ਵੀਡੀਓ ਕਾਫੀ ਵਾਇਰਲ ਹੈ, ਜਿਸ ਵਿੱਚ ਨਾ ਸਿਰਫ ਮਾਈਨਿੰਗ ਵਿਭਾਗ ਦਾ ਸੁਸਤ ਰਵੱਈਆ ਸਾਹਮਣੇ ਆ ਰਿਹਾ ਹੈ, ਉੱਥੇ ਪੰਜਾਬ ਸਰਕਾਰ ਨੂੰ ਵੀ ਲੱਖਾਂ ਰੁਪਏ ਦਾ ਚੂਨਾ ਲੱਗ ਰਿਹਾ ਹੈ। ਮੇਰਾ ਕੰਮ ਜਿਹੜਾ ਕਿ ਇਹਨਾਂ ਦੇ ਬਿੱਲ ਬੁੱਲ ਚੈੱਕ ਕਰਨਾ, ਤੇ ਦੂਸਰਾ ਆਪਾਂ ਤਿੰਨ ਬੰਦਿਆਂ ਦੀ ਡਿਊਟੀ, ਇੱਕ ਨਰੇਸ਼ ਕੁਮਾਰ ਹੈ ਜਿਹੜਾ ਕਿ ਆਪਣਾ ਸੁਜਾਨਪੁਰ ਤੋਂ ਹੈ, ਇੱਕ ਨਰੇਸ਼ ਕੁਮਾਰ ਜਗਿਆਲ ਤੋਂ ਹੈ। ਬਸ ਸਰ, ਗੱਡੀਆਂ ਹਿਮਾਚਲ ਤੋਂ ਆਉਂਦੀਆਂ, ਉਹਨਾਂ ਦਾ ਬਿੱਲ ਚੈੱਕ ਕਰਨੇ ਪੈਂਦਾ ਕਿ ਉਹਨਾਂ ਨੇ ਬਿੱਲ, ਮਤਲਬ ਜਿੱਦਾਂ 8 ਸੈਂਕੜੇ ਮਾਲ ਪਾਇਆ ਤੇ 8 ਦਾ ਹੀ ਬਿੱਲ ਹੈਗਾ, ਉਹ ਚੀਜ਼ ਦੇਖਣੀ ਪੈਂਦੀ ਹੈ। ਬਾਕੀ ਕਈ ਵਾਰ ਮਿਹਨਤੀ ਵੀ ਕਰਨੀ ਪੈਂਦੀ ਹੈ। ਇੱਕ ਬੰਦਾ ਗੱਡੀ ਰੁਕੇਗਾ, ਮਿਹਨਤੀ ਕਰੇਗਾ ਜਾਂ ਪੈਸੇ ਕੱਟੇਗਾ, ਉਹਦੇ ਬਾਰੇ ਮੈਂ ਕੁਛ ਨੀ ਕਹਿ ਸਕਦਾ, ਮੈਨੂੰ ਉਹਦਾ ਨਹੀਂ ਪਤਾ। ਦੇਖੋ, ਇੱਕ ਵੀਡੀਓ ਮੇਰੇ ਧਿਆਨ ਚ ਆਈ ਹੈ, ਜਿਹਦੇ ਵਿੱਚ ਕੁਛ ਗੱਡੀਆਂ ਖੜੀਆਂ ਸੀਗੀਆਂ ਤੇ ਉੱਤੇ ਐਲੀਗੇਸ਼ਨ ਲਾਇਆ ਜਾ ਰਿਹਾ ਸੀ ਕਿ ਦੂਜੇ ਸਟੇਟ ਤੋਂ ਆ ਰਹੀਆਂ ਨੇ ਵਿਦਆਊਟ ਪ੍ਰੋਪਰ ਡਾਕੂਮੈਂਟੇਸ਼ਨ। ਮੈਂ ਦੀ ਐਕਸਪਲੇਨੇਸ਼ਨ ਮਾਈਨਿੰਗ ਡਿਪਾਰਟਮੈਂਟ ਤੋਂ ਕਾਲ ਕੀਤੀ ਹੈ ਤੇ ਨਾਲ ਦੀ ਨਾਲ ਅਸੀਂ ਨਾਕੇ ਜਿਹੜੇ ਹੈਗੇ ਨੇ ਇਹਨਾਂ ਦੇ ਉੱਥੇ ਸਰਪ੍ਰਾਈਜ਼ ਚੈਕਿੰਗ ਦੇ ਲਈ ਮੈਂ ਇੱਕ ਟੀਮ ਗਠਿਤ ਕੀਤੀ ਹੈ ਤੇ ਜੋ ਵੀ ਇਹਦੇ ਪਿੱਛੇ ਰਿਸਪੋਂਸੀਬਲ ਹੋਏਗਾ ਉੱਤੇ ਸਟ੍ਰਿਕਟ ਕਾਰਵਾਈ ਕੀਤੀ ਜਾਏਗੀ। ਦੇਖੋ, ਇਹੀ ਹੈ ਸਾਰਿਆਂ ਨੂੰ ਕਿ ਲੀਗਲ ਮਾਈਨਿੰਗ ਨਹੀਂ ਕਰਨੀ ਚਾਹੀਦੀ ਤੇ ਅਸੀਂ FIRs ਵੀ ਕੁਛ ਕਰਾਏ ਨੇ ਤੇ ਬਹੁਤ ਸਟ੍ਰਿਕਟਨੈਸ ਇਸ ਟਾਈਮ ਜ਼ਿਲ੍ਹੇ ਦੇ ਵਿੱਚ ਕੀਤੀ ਗਈ ਹੈ ਤੇ ਇਹ ਵੀ ਜਿਹੜਾ ਵੀਡੀਓ ਸਾਹਮਣੇ ਆਇਆ ਹੈ ਇਹਦੇ ਉੱਪਰ ਵੀ ਬਹੁਤ ਸਖ਼ਤ ਕਾਰਵਾਈ ਕੀਤੀ ਜਾਏਗੀ। ਐਕਸਪਲੇਨੇਸ਼ਨ ਆਲਰੇਡੀ ਮਾਈਨਿੰਗ ਡਿਪਾਰਟਮੈਂਟ ਦੀ ਅਸੀਂ ਕਾਲ ਕਰ ਰਹੇ ਹਾਂ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ TV ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ 'ਤੇ ਕਲਿੱਕ ਕਰੋ।